ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਯਾਨੀ ਕਿ ਜੈਰੀ ਹੁੰਦਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਖੜ੍ਹੇ ਹਾਂ ਮੈਟ ਬ੍ਰੈਂਡ ਜੋ ਰੈਸਟੋਰੈਂਟ ਹੈ ਆਪਣੇ ਔਰਿਜ ਸਿਨੇਮਾ ਦੇ ਕੋਲ BRS ਨਗਰ, ਜਿੱਥੇ ਸਾਡੇ ਮਿਸਟਰ ਐਂਡ ਮਿਸ ਫੇਸ ਆਫ ਗਲੈਮਰ 2019 ਦੇ ਫਸਟ ਜੋ ਲੁਧਿਆਣਾ ਆਡੀਸ਼ਨ ਹੈ ਹੋਏ ਨੇ। ਔਜ਼ਮ ਗਰਾਊਂਡ ਸੀ, ਔਜ਼ਮ ਟੈਲੈਂਟ ਸੀ, ਬਹੁਤ ਹੀ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਭ ਨੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ। ਅਤੇ ਸਾਡੇ ਅੱਜ ਦੇ ਜੱਜਮੈਂਟ ਪੈਨਲ 'ਤੇ ਸਾਡੇ ਇੰਸਪੈਕਟਰ ਮੇਰੇ ਵੱਡੇ ਵੀਰ ਜੀ ਅੰਗਦ ਗਿੱਲ ਜੀ, ਅਤੇ ਜੋ ਸਾਡੇ ਸ਼ੋਅ ਦੇ ਡਾਇਰੈਕਟਰ ਨੇ ਲਵੀਨਾ ਗਈ ਮੈਮ, ਅਤੇ ਉਹਨਾਂ ਦੇ ਨਾਲ ਸਾਡੇ ਲਾਸਟ ਈਅਰ ਦੇ ਵਿਨਰ ਪ੍ਰਿੰਕਾ ਮੈਮ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਜੱਜ ਕੀਤਾ। ਕਿਉਂਕਿ ਜੱਜਮੈਂਟ ਦੀ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਿਸੇ ਵੀ ਬੱਚੇ ਦਾ ਅਗਰ ਕਿਸੇ ਬੱਚੇ ਦੇ ਨਾਲ ਨਾ ਇਨਸਾਫੀ ਹੋ ਜਾਵੇ ਤਾਂ ਉਹ ਇੱਕ ਸਾਡੇ ਤੋਂ ਅਧਾਰਮ ਹੋ ਜਾਂਦਾ ਹੈ। ਅਤੇ ਉਹਨਾਂ ਚੀਜ਼ਾਂ 'ਤੇ ਧਿਆਨ ਰੱਖਦੇ ਹੋਏ ਮੈਂ ਆਪਣੀ ਪੂਰੀ ਟੀਮ ਨੂੰ ਅੱਜ ਦੇ ਆਡੀਸ਼ਨ ਦੇ ਲਈ ਬਹੁਤ ਬਹੁਤ ਮੁਬਾਰਕਾਂ ਦਿੰਦਾ। ਅਤੇ ਇਸੇ ਤਰੀਕੇ ਨਾਲ ਹੀ ਅਰਦਾਸ ਕਰਦਾ ਕਿ ਇਸ ਤਰੀਕੇ ਨਾਲ ਸਾਡਾ ਸਾਰਾ ਪਿਆਰ ਬਣਿਆ ਰਹੇ, ਅਤੇ ਪ੍ਰੈਸ ਵਾਲੇ ਮੀਡੀਆ ਵਾਲੇ ਵੀਰ ਵੀ ਜਿਹੜੇ ਟਾਈਮ 'ਤੇ ਪਹੁੰਚ੣ੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਹੁਤ ਹੀ ਜਲਦੀ ਗ੍ਰੇਟ ਗ੍ਰੈਂਡ ਫਿਨਾਲੇ ਲੈ ਕੇ ਆ ਰਹੇ ਹਾਂ, ਅਤੇ ਜੋ ਫਿਨਾਲੇ ਹੋ ਰਿਹਾ ਉਹ ਦੋ ਸਿਟੀ ਸਾਡੀਆਂ ਇਸ ਟਾਈਮ ਫਾਈਨਲ ਹੋਈਆਂ, ਜਾਂ ਅਸੀਂ ਚੰਡੀਗੜ੍ਹ 'ਚ ਫਿਨਾਲੇ ਕਰਾਂਗੇ ਜਾਂ ਆਪਾਂ ਲੁਧਿਆਣੇ 'ਚ ਕਰਾਂਗੇ। ਧੰਨਵਾਦ ਜੀ।